ਕਰੋਨਾ ਵਾਇਰਸ ਨੂੰ ਲੈ ਕੇ ਬਠਿੰਡਾ ਦਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ। ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਲੋਕਾਂ ਦੇ ਇਕੱਠ ਨੂੰ ਘਟਾਉਣ ਲਈ ਰੋਜ਼ ਨਵੇਂ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਮੰਡੀ ਬੋਰਡ ਵੱਲੋਂ ਕਦੇ ਲੋਕਾਂ ਦੀ ਦੂਰੀ ਨੂੰ ਸਹੀ ਢੰਗ ਨਾਲ ਕਰਨ ਲਈ ਸਬਜ਼ੀ ਮੰਡੀ ਵਿੱਚ ਗੋਲ ਰਾਊਂਡ ਲਾਉਣੇ ਜਾਂ ਗੇਟ 'ਤੇ ਪੁਲਿਸ ਲਾਉਣੀ ਜਾਂ ਲੋਕਾਂ ਦੀ ਡੰਡਾ ਪਰੇਡ ਕਰਨੀ, ਅਤੇ ਅੱਜ ਫਿਰ ਦੋ ਦੋ ਗੱਡੀਆਂ ਹੀ ਅੰਦਰ ਜਾਣ ਦਿੱਤੀਆਂ ਗਈਆਂ, ਪਰ ਫਿਰ ਵੀ ਸਬਜ਼ੀ ਮੰਡੀ ਵਿੱਚ ਵੱਡਾ ਇਕੱਠ ਹੋਇਆ ਪਿਆ ਸੀ। ਸਬਜ਼ੀ ਮੰਡੀ ਦੇ ਅੰਦਰ ਭਾਵੇਂ ਵੱਡੀ ਪੁਲਿਸ ਪਾਰਟੀ ਮੌਜੂਦ ਸੀ, ਪਰ ਲੋਕ ਇਸ ਦੀ ਪਰਵਾਹ ਨਾ ਕਰਦੇ ਹੋਏ ਇਕੱਠੇ ਹੋ ਰਹੇ ਸਨ। ਪੁਲਿਸ ਪਾਰਟੀ ਦਾ ਕਹਿਣਾ ਹੈ ਕਿ ਅੰਦਰੋਂ ਸਬਜ਼ੀ ਸਿਰਫ ਟਰਾਲੀਆਂ ਜਾਂ ਟੈਂਪੂ ਵਾਲੇ ਹੀ ਲੈ ਸਕਦੇ ਹਨ, ਪਰ ਉੱਥੇ ਆਮ ਲੋਕ ਵੀ ਸਬਜ਼ੀ ਲਿਆਉਂਦੇ ਦੇਖੇ ਗਏ। ਇਹ ਉਹ ਲੋਕ ਨੇ ਜੋ ਬਿਨਾਂ ਟਰਾਲੀਆਂ ਤੋਂ ਸਬਜ਼ੀ ਲਿਜਾ ਰਹੇ ਨੇ। ਦੇਖ ਲਓ ਪੁਲਿਸ ਇਹਨਾਂ ਨੂੰ ਕਿਸ ਤਰ੍ਹਾਂ ਲੰਘਾ ਰਹੀ ਹੈ, ਪਰ ਪ੍ਰਸ਼ਾਸਨ ਇਸ ਗੱਲ ਤੋਂ ਆਨਾਕਾਨੀ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਨਿੱਤ ਨਵੇਂ ਕੀਤੇ ਜਾ ਰਹੇ ਤਜਰਬੇ ਫੇਲ ਹੁੰਦੇ ਦਿਖਾਈ ਦੇ ਰਹੇ ਹਨ। ਦੇਖ ਲਓ ਲੋਕਾਂ ਦਾ ਇਕੱਠ ਕਿਵੇਂ ਹੋਇਆ ਹੈ ਸਬਜ਼ੀ ਮੰਡੀ ਵਿੱਚ। ਇਹ ਸਬਜ਼ੀ ਮੰਡੀ ਦਾ ਜਿਹੜਾ ਹੈਗਾ ਬੈਰੀਕੇਡਿੰਗ ਕਰਕੇ ਸਟ੍ਰੀਮਲਾਈਨ ਕਰ ਦਿੱਤਾ, ਇੱਕ ਦਿਨ ਆਲੂ ਪਿਆਜ਼, ਇੱਕ ਦਿਨ ਸਬਜ਼ੀ, ਇਹਦੇ ਨਾਲ ਰਸ਼ ਵੀ ਘੱਟ ਜਾਏਗਾ ਅਤੇ COVID-19 ਦੀਆਂ ਇੰਸਟਰਕਸ਼ਨ ਜਿਹੜੀਆਂ ਆਈਆਂ ਇਹਨੂੰ ਪ੍ਰਵੈਂਟ ਕਰਨ ਵਾਸਤੇ ਉਹ ਵੀ ਕੰਪਲੀਟ ਹੋ ਜਾਣੀ ਹੈ। ਇਹਦੇ ਨਾਲ ਜਿੰਨਾ ਰਸ਼ ਘੱਟ ਰਹੇਗਾ ਓਨਾ ਹੀ ਇਸ ਬਿਮਾਰੀ ਨੂੰ ਫੈਲਣ ਦਾ ਐਕਸਪੀਰੀਅੰਸ ਘੱਟ ਹੋਏਗਾ, ਇਸ ਕਰਕੇ ਇਹਨਾਂ ਨੂੰ ਚੈੱਕ। ਜਿਸ ਤਰ੍ਹਾਂ ਸਰ ਇਹਨਾਂ ਨੇ ਆਪਣਾ ਪਾਸ ਦਿੱਤਾ ਸਿਰਫ ਆਟੋ ਨੂੰ ਜਾਂ ਉਹਨੂੰ ਆਪਾਂ ਟਰਾਲੀ ਨੂੰ, ਪਰ ਲੋਕ ਇੱਥੇ ਆਮ ਸਬਜ਼ੀ ਲੈਣ ਦੇ ਦੇਖੇ ਗਏ ਹੈ, ਉਹ ਅਲਾਊਡ ਹੀ ਨਹੀਂ। ਹੁਣ ਇੱਥੇ ਲੰਘ ਹੁਣੀ ਲੰਘ ਕੇ ਗਏ ਨਾ, ਉਹਨਾਂ ਦਾ ਕੀ ਕੀਤਾ? ਉਹਨਾਂ ਦਾ ਨਹੀਂ, ਕਿਸੇ ਦਾ ਲੰਗਰ ਲੇਕਿਨ ਇੰਡੀਵਿਜੁਅਲ ਟਰਾਲੀਆਂ ਦੇ ਉੱਤੇ ਆਪਦੇ ਲਵੇ ਜਾਂ ਆਟੋ ਰਿਕਸ਼ਾ ਜਿਹੜੇ ਵੀ ਉਹਨਾਂ ਤੋਂ ਸਬਜ਼ੀ ਲਵੇ ਜਾਂ ਇਕੱਲੇ ਇਕੱਲੇ ਨੂੰ ਕੋਈ ਸਬਜ਼ੀ ਲਵੇ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।